ਯਾਰ ਉਹਦੀ ਕਿਸੇ ਮਰੀਜ਼ ਮਰੂਜ਼ ਦੀ ਕਰ ਲਾਂਗੇ ਭੈਣ ਚੋਦ ਰਿਸ਼ਤੇਦਾਰ ਦੀ। ਲੁਧਿਆਣਾ ਇੱਕ ਸਨਅਤੀ ਸ਼ਹਿਰ ਹੈ, ਇੱਥੇ ਮਾਈਗ੍ਰੇਟਰੀ ਪੋਪੂਲੇਸ਼ਨ ਬਹੁਤ ਆਉਂਦੀ ਹੈ। ਜੰਕਸ਼ਨ 'ਤੇ ਤੁਸੀਂ ਜੇ ਰੇਲਵੇ ਸਟੇਸ਼ਨ 'ਤੇ ਜਾਓ ਤਾਂ ਲੱਖਾਂ ਦੀ ਤਾਦਾਦ 'ਚ ਦੁਨੀਆ ਆ ਰਹੀ ਹੈ ਜਾ ਰਹੀ ਹੈ। ਉਹਨਾਂ ਵਿੱਚੋਂ ਡਿਫਰੈਂਟ ਡਿਫਰੈਂਟ ਪ੍ਰਾਂਤਾਂ ਤੋਂ ਬੰਦੇ ਵੀ ਆ ਰਹੇ ਹੈ, ਸਨਅਤੀ ਕਾਰੀਗਰ ਵੀ ਆ ਰਹੇ ਹੈ। ਫਿਰ ਵੀ ਲੁਧਿਆਣਾ ਸ਼ਹਿਰ 'ਚ ਇਸ ਮਹੀਨੇ 32 ਸਸਪੈਕਟਡ ਕੇਸਿਸ ਆਏ ਹੈ, ਜਿਨ੍ਹਾਂ 'ਚ 18 ਕਨਫਰਮਡ ਹੋਏ ਹਨ। ਡੈਥਸ ਹੁਣ ਤੱਕ 6 ਹੋ ਗਈਆਂ। ਦੇਖੋ ਫਲੂ ਤਾਂ ਸਾਰਿਆਂ 'ਚ ਹੋ ਜਾਂਦਾ, ਪਰ ਪਰਟੀਕੁਲਰਲੀ ਜਿਹੜੀ ਕੰਪਲੀਕੇਸ਼ਨ ਹੁੰਦੀ ਹੈ ਉਹ ਐਕਸਟ੍ਰੀਮ ਏਜਸ 'ਚ ਹੁੰਦੀ ਹੈ, ਜਿਵੇਂ ਕਿ ਬਜ਼ੁਰਗ ਪੇਸ਼ੈਂਟ ਹੋ ਗਏ ਜਾਂ ਜਵਾਨ ਬੱਚੇ ਹੋ ਗਏ। ਇਹਨਾਂ ਦੀ ਰੈਜ਼ਿਸਟੈਂਸ ਘੱਟ ਹੁੰਦੀ ਹੈ ਔਰ ਇਹਨਾਂ ਨੂੰ ਫਲੂ ਦਾ ਅਟੈਕ ਜਲਦੀ ਹੋ ਜਾਂਦਾ। ਸਰ, ਸਰਕਾਰੀ ਹਸਪਤਾਲ ਜਿਹੜੇ ਲੁਧਿਆਣਾ 'ਚ ਹੈਗੇ ਹੈ, ਉਹਨਾਂ 'ਚ ਸਵਾਈਨ ਫਲੂ ਦੇ ਨਾਲ ਨਜਿੱਠਣ ਲਈ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਨੇ? ਸਾਡੇ ਹਰੇਕ ਪੁਆਇੰਟ 'ਤੇ ਅਵੇਲੇਬਿਲਟੀ ਆਫ ਮੈਡੀਸਿਨਸ, ਸੈਂਸੀਟਾਈਜੇਸ਼ਨ, ਉਹਦਾ ਸਟਾਫ ਹੈਗਾ ਸਾਡੇ ਸਬ ਸੈਂਟਰ ਤੋਂ ਲੈ ਕੇ ਡਿਸਟ੍ਰਿਕਟ ਹੋਸਪਿਟਲ, ਸਬ ਡਿਵੀਜ਼ਨਲ ਹੋਸਪਿਟਲ, CSC ਦੇ ਸਾਰੇ ਪੁਖਤਾ ਇੰਤਜ਼ਾਮ ਹੈ। ਸਰ, ਕੋਈ ਸਵਾਈਨ ਫਲੂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਤੁਹਾਡੇ ਵੱਲੋਂ ਕੋਈ ਖਾਸ ਮੁਹਿੰਮ ਵੀ ਚਲਾਈ ਗਈ ਹੈ, ਲੋਕਾਂ ਨੂੰ ਖਾਸ ਤੌਰ 'ਤੇ ਜਾਗਰੂਕ ਵੀ ਕੀਤਾ ਜਾ ਰਿਹਾ? ਅਸੀਂ ਅਕਤੂਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਡੇਲੀ ਐਡਵਾਈਜ਼ਰੀਜ਼ ਦੇ ਰਹੇ ਹਾਂ, ਅਖਬਾਰਾਂ 'ਚ ਦੇ ਰਹੇ ਹਾਂ, ਘਰੋ ਘਰ ਸਾਡੇ ਵਰਕਰ ਜਾ ਰਹੇ ਹਾਂ, ਪੈਂਪਲੇਟਸ ਡਿਸਟ੍ਰੀਬਿਊਟ ਕਰ ਰਹੇ ਹਾਂ, ਸਕੂਲਾਂ ਵਿੱਚ ਵੀ ਅਸੀਂ ਸੈਂਸੀਟਾਈਜੇਸ਼ਨ ਕੈਂਪਸ ਲਗਾ ਰਹੇ ਹਾਂ, ਹੈਲਥ ਕੈਂਪਸ ਲੱਗ ਰਹੇ ਹਾਂ। ਸਾਰੀਆਂ ਇਹੀ ਇਹ ਮੁਹਿੰਮ ਹੈ ਜਿਸ 'ਤੇ ਲੋਕਾਂ ਨੂੰ ਜਾਗਰੂਕ ਕਰਕੇ ਇਹ ਫਲੂ ਤੋਂ ਬਚਾਓ ਕੀਤਾ ਜਾਏ। ਸਰ, ਆਪਾਂ ਅਕਸਰ ਦੇਖਣ ਨੂੰ ਆਇਆ ਕਿ ਲੋਕਾਂ 'ਚ ਜਾਗਰੂਕਤਾ ਦੀ ਕਮੀ ਹੈ, ਉਹਨਾਂ ਨੂੰ ਲੱਛਣ ਹੀ ਨਹੀਂ ਪਤਾ ਹੁੰਦਾ ਵੀ ਸਵਾਈਨ ਫਲੂ ਦੇ ਲੱਛਣ ਕੀ ਹੈ, ਉਹ ਇਲਾਜ ਕਿਵੇਂ ਕਰਾਇਆ। ਤੁਸੀਂ ਕੋਈ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋਵੇ ਵੀ ਆਹ ਲੱਛਣ ਹੁੰਦੇ ਨੇ ਤਾਂ ਉਹ ਡਾਕਟਰ ਕੋਲ ਜਾਣ ਅਤੇ ਆਪਣਾ ਤੁਰੰਤ ਇਲਾਜ ਕਰਵਾਉਣ ਜਾਂ ਕਿਸੇ ਸਰਕਾਰੀ ਹੋਸਪਿਟਲ ਆਉਣ? ਲੱਛਣ ਅਸੀਂ ਵਾਰ ਵਾਰ ਤੁਹਾਨੂੰ ਜਿਵੇਂ ਦੱਸ ਰਿਹਾ ਕਿ 3 ਕੈਟੇਗਰੀ ਦੇ ਹੁੰਦੇ ਆ, ਟਾਈਪ ਏ, ਟਾਈਪ 2, ਟਾਈਪ ਬੀ ਐਂਡ ਟਾਈਪ ਸੀ। ਟਾਈਪ ਏ ਐਂਡ ਬੀ ਘਰੋ ਘਰ ਹੀ ਇਲਾਜ ਹੋ ਜਾਂਦਾ ਹੈ, ਇਸ 'ਚ ਘਬਰਾਉਣ ਦੀ ਗੱਲ ਨਹੀਂ। ਇਸ 'ਚ ਸਿੰਪਲ ਫਲੂ ਲਾਈਕ ਸਿੰਪਟਮਸ ਹੁੰਦੇ ਹੈ, ਅੱਖਾਂ ਦਾ ਵਹਿਣਾ, ਜ਼ੁਕਾਮ, ਨੱਕ ਦਾ ਵਹਿਣਾ, ਬੋਡੀ 'ਚ ਦਰਦ, ਹਲਕਾ ਬੁਖਾਰ ਔਰ ਕਈ ਵਾਰੀ ਬ੍ਰੈਥਲੈਸਨੈਸ, ਸਾਹ ਚੜ੍ਹਨਾ ਹੋ ਜਾਂਦਾ ਹੈ। ਪਰ ਟਾਈਪ ਸੀ ਜਿਹੜੀ, ਦੈਟ ਇਜ਼ ਸੀਰੀਅਸ, ਉਹਦੇ ਲਈ ਹੀ ਸਾਨੂੰ ਹੋਸਪਿਟਲਾਈਜੇਸ਼ਨ ਦੀ ਲੋੜ ਹੈ, ਉਸਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਜਦੋਂ ਲੇਟ ਜਾਂਦੇ ਤਾਂ ਉਹਦੀ ਕੰਪਲੀਕੇਸ਼ਨਾਂ ਵੱਧ ਜਾਂਦੀਆਂ, ਕਈ ਵਾਰੀ ਡੈਥ ਵੀ ਹੋ ਜਾਂਦੀ।